ਜਿਵੇਂ ਕਿ ਤੁਸੀਂ ਸਾਰੇ ਬੱਚੇ ਜਾਣਦੇ ਹੋ ਕਿ ਹਰ ਇੱਕ ਭਾਸ਼ਾ ਜਿਹਨੂੰ ਅਸੀਂ ਲਿਖਣਾ ਪੜ੍ਹਨਾ ਤੇ ਬੋਲਣਾ ਸਿੱਖਣਾ ਹੁੰਦਾ ਤਾਂ ਹਰ ਇੱਕ ਹੀ ਭਾਸ਼ਾ ਨਾਲ ਸੰਬੰਧਿਤ ਉਹਦੀ ਕੋਈ ਨਾ ਕੋਈ ਲਿਪੀ ਜ਼ਰੂਰ ਹੁੰਦੀ ਹੈ ਕੋਈ ਵੀ ਜਿਹੜੀ ਭਾਸ਼ਾ ਉਹ ਲਿਪੀ ਤੋਂ ਬਿਨਾਂ ਅਧੂਰੀ ਹੈ ਕਿਉਂਕਿ ਲਿਪੀ ਦੇ ਨਾਲ ਹੀ ਅਸੀਂ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਪੜ੍ਹਨਾ ਲਿਖਣਾ ਤੇ ਬੋਲਣਾ ਸਿੱਖ ਸਕਦੇ ਹਾਂ ਤੇ ਸਾਨੂੰ ਕੋਈ ਵੀ ਜਿਹੜਾ ਵਾਕ ਹੈ ਜੇਸੀਂ ਬਿਨਾਂ ਲਿਪੀ ਦੀ ਵਰਤੋਂ ਦੇ ਉਹਨੂੰ ਲਿਖਦੇ ਹਾਂ ਤਾਂ ਉਹਦਾ ਜਿਹੜਾ ਅਰਥ ਹੈ ਉਹ ਸਹੀ ਨਹੀਂ ਹੋਏਗਾ ਕਿਉਂਕਿ ਜਿਹੜੇ ਸ਼ਬਦ ਅਸੀਂ ਜੇ ਇੱਧਰ ਲੀ ਉੱਧਰ ਕਰ ਦਿਆਂਗੇ ਜਾਂ ਅਸੀਂ ਕੋਈ ਵੀ ਮਾਤਰਾ ਸਹੀ ਤਰੀਕੇ ਨਾਲ ਨਹੀਂ ਲਗਾਵਾਂਗੇ ਬਿੰਦੀ ਟਿੱਪੀ ਦੀ ਗੱਲ ਕਰ ਲਈਏ ਤਾਂ ਉਹ ਸਹੀ ਤਰੀਕੇ ਨਾਲ ਸਾਨੂੰ ਸਮਝ ਨਹੀਂ ਪੈਦਾ ਇਸ ਕਰਕੇ ਅੱਜ ਅਸੀਂ ਗੱਲ ਕਰਾਂਗੇ ਜਿਹੜੀ ਆ ਭਾਸ਼ਾਵਾਂ ਸਾਡੇ ਇੰਡੀਆ ਦੇ ਵਿੱਚ ਰੂਟੀਨ ਦੇ ਵਿੱਚ ਬੋਲੀਆਂ ਜਾ ਰਹੀਆਂ ਨੇ ਉਹਨਾਂ ਦੀਆਂ ਲਿਪੀਆਂ ਕਿਹੜੀਆਂ-ਕਿਹੜੀਆਂ ਨੇ ਪੰਜਾਬੀ ਭਾਸ਼ਾ ਦੀ ਲਿਪੀ ਹੈ ਗੁਰਮੁਖੀ ਹਿੰਦੀ ਭਾਸ਼ਾ ਨੂੰ ਲਿਖਣ ਦੇ ਲਈ ਜਿਹੜੀ ਲਿਪੀ ਵਰਤੀ ਜਾਂਦੀ ਹੈ ਉਹ ਹੈ ਦੇਵਨਾਗਰੀ ਮਰਾਠੀ ਭਾਸ਼ਾ ਦੇ ਲਈ ਵੀ ਦੇਵਨਾਗਰੀ ਲਿਪੀ ਨੂੰ ਹੀ ਵਰਤਿਆ ਜਾਂਦਾ ਹੈ ਅੰਗਰੇਜ਼ੀ ਦੇ ਲਈ ਰੋਮਨ ਲਿਪੀ ਉਰਦੂ ਦੇ ਲਈ ਜਿਹੜੀ ਫਾਰਸੀ ਲਿਪੀ ਹੈ ਉਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਸੰਸਕ੍ਰਿਤ ਨੂੰ ਲਿਖਣ ਲੱਗਿਆਂ ਵੀ ਦੇਵਨਾਗਰੀ ਲਿਪੀ ਕੋਈ ਵੀ ਜਿਹੜੀ ਲਿਪੀ ਹੈ ਉਹ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ ਜੇਕਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਅੜਚਣ ਆਉਂਦੀ ਹੈ ਕਿ ਜਿਹੜਾ ਸ਼ਬਦ ਹੈ ਜਾਂ ਜਿਹੜਾ ਵਾਕ ਹੈ ਕਿਸ ਤਰੀਕੇ ਨਾਲ ਲਿਖਿਆ ਜਾਏਗਾ ਤਾਂ ਸਾਡੀ ਜਿਹੜੀ ਹੈਲਪ ਹੈ ਉਸ ਟਾਈਮ ਉਸ ਭਾਸ਼ਾ ਨਾਲ ਸੰਬੰਧਿਤ ਜਿਹੜੀ ਲਿਪੀ ਹੈ ਉਨੇ ਹੀ ਕਰਨੀ ਹੁੰਦੀ ਹੈ ਇਸ ਕਰਕੇ ਸਾਨੂੰ ਕੋਈ ਵੀ ਭਾਸ਼ਾ ਸਿੱਖਣ ਦੇ ਨਾਲ ਨਾਲ ਇਹ ਜ਼ਰੂਰੀ ਹੈ ਕਿ ਅਸੀਂ ਉਸ ਭਾਸ਼ਾ ਨਾਲ ਸੰਬੰਧਿਤ ਜਿਹੜੀ ਉਹਦੀ ਲਿਪੀ ਹੈ ਉਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰੀਏ ਧੰਨਵਾਦ ਜੀ